ਸੁਰਜੀਤ ਪਿੰਦਰਖੀਆ ਦੀ ਗਾਇਕੀ ਦੇ ਕਈ ਬੜੇ ਸ਼ਾਨਦਾਰ ਪਹਿਲੂ ਆ ਜੋ ਮੈਂ ਸਾਂਝੇ ਕਰਨੇ ਚਾਹੁੰਦਾ। ਇੱਕ ਤਾਂ ਇਹ ਕਿ ਉਸਨੂੰ ਬਹੁਤ ਮਿਹਨਤ ਨਹੀਂ ਸੀ ਕਰਨੀ ਪੈਂਦੀ, ਉਹ ਗੋਡ ਗਿਫਟਡ ਕਲਾਕਾਰ ਸੀ, ਨੈਚੁਰਲ ਟੈਲੈਂਟ ਬਹੁਤ ਜ਼ਿਆਦਾ ਸੀ, ਉਹਦੀ ਪਿਕਅਪ ਇੰਨੀ ਸੀ ਅਤੇ ਇੰਨੀ ਜਾਨ ਸੀ। ਇੰਨਾ ਇੱਕੋ ਦਿਨ ਦੇ ਵਿੱਚ ਮੈਂ ਦੇਖਿਆ, ਅਸੀਂ ਬੜੇ ਨਿਊ ਈਅਰ ਪ੍ਰੋਗਰਾਮਾਂ 'ਚ ਅਲੱਗ ਅਲੱਗ ਕਲਾਕਾਰਾਂ ਤੋਂ ਗੀਤ ਡੱਬ ਕਰਵਾਏ ਆ, ਕਈਆਂ ਤੋਂ ਸਾਰੀ ਦਿਹਾੜੀ 'ਚ ਇੱਕ ਗਾਣਾ ਪੂਰਾ ਹੁੰਦਾ, ਕਈ ਇੱਕ ਗਾਣੇ ਦੇ ਉੱਤੇ ਦੋ ਦੋ ਤਿੰਨ ਤਿੰਨ ਦਿਨ ਵੀ ਲੱਗ ਜਾਂਦੇ ਰਹੇ ਆ ਕਈ ਕਲਾਕਾਰਾਂ ਦੇ। ਲੇਕਿਨ ਬਿੰਦਰਖੀਆ ਇੱਕ ਐਸਾ ਕਲਾਕਾਰ ਸੀ ਜਿਹੜਾ ਇੱਕੋ ਸ਼ਿਫਟ ਦੇ ਵਿੱਚ ਪੰਜ ਪੰਜ ਛੇ ਛੇ ਅੱਠ ਅੱਠ ਗੀਤ ਦੀ ਡਬਿੰਗ ਕਰ ਦਿੰਦਾ ਸੀ। ਕਈ ਵਾਰ ਹੋਇਆ ਕਿ ਆਇਆ ਗੁਰੂ ਜੀ ਅੱਜ ਹੈ, ਅੱਜ ਮੂਡ ਨਹੀਂ ਗਾਉਣ ਦਾ, ਅਤੇ ਆਪਾਂ ਇੱਕ ਜਾਂ ਦੋ ਸੌਂਗ ਅੱਜ ਜਿਹੜਾ ਆਪਣਾ ਡਬ ਕਰ ਲਾਂਗੇ। ਅਤੇ ਫਿਰ ਇੱਕ ਵਾਰ ਜਦੋਂ ਆਏ ਮੂਡ 'ਚ ਆ ਗਏ, ਫਿਰ ਅੱਠ 'ਤੇ ਅੱਠ ਹੋਣ ਤੋਂ ਬਾਅਦ ਚਾਰ ਘੰਟੇ 'ਚ ਫਿਰ ਕਹਿੰਦੇ ਕੋਈ ਹੋਰ ਤਾਂ ਨਹੀਂ ਕਰਨਾ। ਇਤਿਹਾਸ ਵਿੱਚ ਸੁਰਜੀਤ ਬਿੰਦਰਖੀਆ ਦਾ ਨਾਂ ਐਜ਼ ਏ ਰੈਫਰੈਂਸ ਲਿਆ ਜਾਏਗਾ। ਅੱਗੇ ਆਉਣ ਵਾਲੇ ਜਿਹੜੇ ਵੀ ਹਿੱਟ ਅਤੇ ਅੱਛੇ ਆਰਟਿਸਟ ਹੋਣਗੇ ਉਹ ਇਸ ਤੋਂ ਇਸ ਕੰਪੈਰੀਜ਼ਨ ਤੋਂ ਬਚ ਨਹੀਂ ਸਕਦੇ ਕਿ ਬਈ ਇਸ ਰੈਫਰੈਂਸ 'ਤੇ ਉਹ ਕਿੱਥੇ ਸਟੈਂਡ ਕਰਦੇ। ਅਤੇ ਇਤਿਹਾਸ ਵਿੱਚ ਇੱਕ ਮੇਰੇ ਖਿਆਲ ਮਾੜਾ ਖੋਣ ਤੋਂ ਬਾਅਦ ਇੱਕ ਇਹੋ ਜਿਹਾ ਗਾਇਕ ਸੀ ਕਿ ਜੋ ਕਿ ਸਭ ਨੂੰ ਪ੍ਰਵਾਨ ਸੀ ਅਤੇ ਆਪਣਾ ਗਾਇਕੀ ਦੀ ਸਾਰੀ ਸ਼ੈਲੀਆਂ ਫੋਕ, ਪੋਪ, ਰੋਮੈਂਟਿਕ ਸੌਂਗਸ, ਸੈਡ ਸੌਂਗਸ ਸਾਰੇ ਬਹੁਤ ਅੱਛਾ ਦਿਵਾਉਂਦਾ ਸੀ। ਅਤੇ ਆਪਣੇ ਆਪਣੇ ਟੈਲੈਂਟ ਨਾਲ, ਟ੍ਰੇਨਿੰਗ ਨਾਲ ਨਹੀਂ ਟੈਲੈਂਟ ਨਾਲ ਅੱਗੇ। ਸੁਰਜੀਤ ਬਿੰਦਰਖੀਆ ਦੀ ਆਵਾਜ਼ 'ਚ ਇੱਕ ਗੀਤ ਆਇਆ ਸੀ, ਮੈਂ ਤਿੜਕੇ ਘੜੇ ਦਾ ਪਾਣੀ ਕੱਲ੍ਹ ਤੱਕ ਨਹੀਂ ਰਹਿਣਾ। ਇਹ ਗੀਤ ਦੀ ਜਿਹੜੀ ਵੀਡੀਓ ਆ ਉਹ ਉਹਦੀ ਡੈਥ ਦੇ ਨੇੜੇ ਤੇੜੇ ਚੈਨਲਾਂ ਦੇ ਉੱਤੇ ਰਿਲੀਜ਼ ਹੋਈ ਸੀ, ਜਿਸ ਕਰਕੇ ਆਮ ਤੌਰ 'ਤੇ ਸਮਝਿਆ ਜਾਂਦਾ ਕਿ ਇਹ ਉਹਦਾ ਆਖਰੀ ਗਾਣਾ ਸੀ। ਇਹਦੀ ਵੀਡੀਓ ਨੇੜੇ ਤੇੜੇ ਰਿਲੀਜ਼ ਹੋਈ ਕਰਕੇ ਗੱਲ ਜੁੜ ਗਈ। ਦੂਸਰਾ ਕਿਉਂਕਿ ਇਹਦੇ ਵਿੱਚ ਨਾਸ਼ਮਾਨਤਾ ਦੀ ਗੱਲ ਸੀ, ਮੌਤ ਦੀ ਗੱਲ ਸੀ, ਹਾਲਾਂਕਿ ਉਹਦੀ ਇਸ ਤੋਂ ਬਾਅਦ ਕੈਸਟ ਜਿਹੜੀ ਆ ਗਲਤੀ ਮਲਤੀ ਮਾਫ਼ ਕਰ ਦਿਓ ਅਤੇ ਅੱਖੀਆਂ ਦੇ ਬਣ ਜੂਰੇ ਦੋ ਕੈਸਟਾਂ ਰਿਲੀਜ਼ ਹੋਈਆਂ ਸੀ। ਲੇਕਿਨ ਜਿਵੇਂ ਕਹਿੰਦੇ ਹੁੰਦੇ ਆ ਵੀ ਕੋਈ ਚੀਜ਼ ਜਿਹੜੀ ਮਿੱਥ ਬਣ ਜਾਂਦੀ ਹੈ ਉਹ ਮਿੱਥ ਨੂੰ ਸਹਿਜੇ ਤੋੜਿਆ ਨਹੀਂ ਜਾ ਸਕਦਾ। ਸੋ ਇਸ ਗੀਤ ਨੂੰ ਇੰਨਾ ਜ਼ਿਆਦਾ ਜੁੜ ਗਿਆ ਉਹਦੀ ਡੈਥ ਤੋਂ ਇੱਕਦਮ ਬਾਅਦ ਚੈਨਲਾਂ ਦੇ ਉੱਤੇ ਇਸੇ ਗੀਤ ਦੀ ਵੀਡੀਓ ਵਾਰ ਵਾਰ ਲਾਈ ਗਈ ਅਤੇ ਇਹ ਗੱਲ ਜੁੜ ਗਈ ਕਿ ਤਿੜਕੇ ਘੜੇ ਦਾ ਪਾਣੀ ਉਹਦਾ ਆਖਰੀ ਗੀਤ ਸੀ। ਬੋਲ ਸੀ, ਮੇਰੇ ਮਿੱਤਰਾਂ ਤੂੰ ਕਹਿ ਲਾ ਜੋ ਕਹਿਣਾ, ਮੈਂ ਕੱਲ੍ਹ ਤੱਕ ਨਹੀਂ ਰਹਿਣਾ, ਮੈਂ ਤਿੜਕੇ ਘੜੇ ਦਾ ਪਾਣੀ ਮੈਂ ਕੱਲ੍ਹ ਤੱਕ ਨਹੀਂ ਰਹਿਣਾ, ਬੱਦਲਾਂ ਨੇ ਘੇਰੀ ਸਾਡੀ ਸਿਖਰ ਦੁਪਹਿਰ ਵੇ, ਹਨੇਰਿਆਂ ਦਾ ਮੁੱਢ ਤੋਂ ਸਵੇਰ ਨਾਲ ਵੈਰ ਵੇ, ਗੱਲਾਂ ਸੱਚੀਆਂ ਭਾਵੇਂ ਨਾ ਸੱਚ ਜਾਣੀ, ਮੈਂ ਕੱਲ੍ਹ ਤੱਕ ਨਹੀਂ ਰਹਿਣਾ, ਮੈਂ ਤਿੜਕੇ ਘੜੇ ਦਾ ਪਾਣੀ ਕੱਲ੍ਹ ਤੱਕ ਨਹੀਂ ਰਹਿਣਾ, ਮੈਂ ਕੱਲ ਤੱਕ ਨਹੀਂ ਰਹਿਣਾ, ਦੇ ਮੈਂ ਤਿੜਕੇ ਘੜੇ ਦਾ ਪਾਣੀ। ਆਪਣਾ ਹੀ ਕੋਈ ਅੰਗ, ਆਪਣਾ ਹੀ ਕੋਈ ਦਿਲ ਦਾ ਹਿੱਸਾ ਕੋਈ ਜਦੋਂ ਟੁੱਟ ਜਾਏ ਮਰ ਜਾਏ ਤੇ ਉਹ ਬਸ ਉਹੀ ਦੁੱਖ ਤਾਂ ਹੁੰਦਾ ਹੀ। ਮੈਂ ਕੱਲ ਤੱਕ ਨਹੀਂ ਰਹਿਣਾ, ਮੈਂ ਕੱਲ ਤੱਕ ਨਹੀਂ ਰਹਿਣਾ, ਦਿਲ ਤਨ ਮੇਣ ਕਹਿ ਲੈ ਜੋ ਵੀ ਕਹਿਣਾ, ਮੈਂ ਕੱਲ ਤੱਕ ਨਹੀਂ ਰਹਿਣਾ। ਸ਼ਿਵ ਕੁਮਾਰ ਬਟਾਲਵੀ ਨੇ ਦੋ ਲਾਈਨਾਂ ਸ਼ਾਇਦ ਲਿਖੀਆਂ ਨੂੰ ਪਤਾ ਨਹੀਂ, ਖਾਸ ਤੇਰੇ ਕਰਕੇ ਲਿਖੀ ਗਿਆ। ਦੂਰ ਤੱਕ ਮੇਰੇ ਨੈਣ ਤੇਰੀ ਪੈੜ ਨੂੰ ਤੱਕਦੇ ਰਹੇ, ਦੂਰ ਤੱਕ ਮੇਰੇ ਨੈਣ ਤੇਰੀ ਪੈੜ ਨੂੰ ਤੱਕਦੇ ਰਹੇ, ਫੇਰ ਤੇਰੇ ਕਦਮਾਂ ਨੂੰ ਰਾਵਾਂ ਦੀ ਮਿੱਟੀ ਖਾ ਗਈ,
ਤੂੰ ਵਿਦਾ ਹੋਇਓ ਮੇਰੇ ਦਿਲ ਤੇ ਉਦਾਸੀ ਛਾ ਗਈ ਤੂੰ ਵਿਦਾ ਹੋਇਓ ਮੇਰੇ ਦਿਲ ਤੇ ਉਦਾਸੀ ਛਾ ਗਈ ਇਸ ਧਰਤੀ ਦੀ ਕੰਡ ਤੇ ਪਏ ਕਈ ਸ਼ਿਕੰਦਰ ਸੁੱਤੇ ਆਖਰ ਸਭਨਾ ਨੇ ਤੁਰ ਜਾਣਾ ਆਪੋ ਆਪਣੀ ਰੁੱਤੇ ਉਹ ਪੱਕੇ ਪਾਨਾਂ ਦਾ ਕੁਝ ਨਹੀਂ ਹੁੰਦਾ ਜੋ ਵੇਲੇ ਸਿਰ ਤੁਰ ਜਾਂਦੇ ਬਹੁਤਾ ਦੁੱਖ ਉਹਨਾਂ ਦਾ ਪੰਛੀ ਤੁਰ ਗਏ ਜਿਹੜੇ ਕਰੁੱਤੇ ਸਾਡਾ ਯਾਰ ਸਾਡਾ ਵੱਡਾ ਵੀਰ ਸੁਰਜੀਤ ਬਿੰਦਰਖੀਆ ਕਰੁੱਤਾ ਤੁਰ ਗਿਆ ਰੱਬ ਨੇ ਕਰੁੱਤਾ ਜੋਮਣ ਰੁੱਤੇ ਖੋਲਿਆ ਸਾਥੋਂ ਮੈਂ ਰੱਬ ਨੂੰ ਵੀ ਅਲਾਂਭਾ ਦਿੰਦਾ ਉਹ ਰੱਬਾ ਕਿਤੇ ਤੇਰਾ ਛੋਟਾ ਵੀਰ ਤੈਥੋਂ ਵਿਛੜੇ ਕਿਤੇ ਤੇਰੀ ਮਾਂ ਦਾ ਉਹ ਲਾਡਲਾ ਜਵਾਨੀ ਭਰ ਉਹ ਜਵਾਨ ਤੈਥੋਂ ਵਿਛੜੇ ਮੈਂ ਤੈਨੂੰ ਪੁੱਛਾਂ ਜੇ ਮਿਲ ਜੇ ਜ਼ਰੂਰ ਪੁੱਛੂ ਰੱਬਾ ਤੂੰ ਬਹੁਤ ਮਾੜੀ ਕੀਤੀ ਬਹੁਤ ਮਾੜੀ ਕੀਤੀ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਦੁਨੀਆਂ ਦੇ ਵਿੱਚ ਜਿੱਥੇ ਵੀ ਕੋਈ ਸਪੀਕਰ ਖੜਕੂਗਾ ਸੁਰਜੀਤ ਬਿੰਦਰਖੀਆ ਖੜਕੂਗਾ ਅਮਰ ਹੈ ਤੇ ਅਮਰ ਰਹੂਗਾ ਸਾਡਾ ਸੁਰਜੀਤ ਬਿੰਦਰਖੀਆ ਬੁਲੰਦ ਆਵਾਜ਼ ਦਾ ਮਾਲਕ ਲੰਮੀ ਹੇਕ ਦਾ ਮਾਲਕ ਸੁਰਜੀਤ ਬਿੰਦਰਖੀਆ ਭਾਵੇਂ ਕਿ ਜਿਸਮਾਨੀ ਤੌਰ 'ਤੇ ਅੱਜ ਸਾਡੇ ਦਰਮਿਆਨ ਨਹੀਂ ਪਰ ਆਪਣੀ ਆਵਾਜ਼ ਦੀ ਬਦੌਲਤ ਆਪਣੇ ਗੀਤਾਂ ਦੀ ਬਦੌਲਤ ਹਮੇਸ਼ਾ ਸਾਡੇ ਵਿੱਚ ਵਿਚਰਦਾ ਰਹੇਗਾ ਬਿੰਦਰਖੀਆ ਨਿੱਕੀ ਜਿਹੀ ਉਮਰੇ ਸਾਡੇ ਦਿਲਾਂ ਦੇ ਉੱਤੇ ਪੰਜਾਬੀ ਸੰਗੀਤ ਦੇ ਉੱਤੇ ਇੱਕ ਐਸੀ ਛਾਪ ਛੱਡ ਕੇ ਗਿਆ ਨਿੱਕੀ ਜਿਹੀ ਉਮਰੇ ਉਹਨੇ ਜੋ ਹਾਸਿਲ ਕੀਤਾ ਉਹ ਕਈਆਂ ਨੂੰ ਸਦੀਆਂ ਲੱਗ ਜਾਣਗੀਆਂ ਹਾਸਿਲ ਕਰਨ ਨੂੰ ਬੜਾ ਪਿਆਰਾ ਮੁੰਡਾ ਸੀ ਔਰ ਪੂਰੀ ਜਾਨ ਮਾਰਦਾ ਸੀ ਆਪਣੀ ਗਾਇਕੀ ਦੇ ਵਿੱਚ ਮੇਰਾ ਉਹਦੇ ਨਾਲ ਥੋੜ੍ਹਾ ਜਿਹਾ ਵਾਸਤਾ ਰਿਹਾ ਕੁਝ ਐਲਬਮਸ ਦੇ ਵਿੱਚ ਮੈਂ ਉਹਦੇ ਨਾਲ ਡੂਇਟ ਗੀਤ ਗਾਏ ਔਰ ਹੈਰਾਨਗੀ ਦੀ ਗੱਲ ਇਹ ਸੀ ਕਿ ਪਹਿਲਾਂ ਜਦੋਂ ਮੈਂ ਉਹਦੇ ਨਾਲ ਐਲਬਮ ਕੀਤਾ ਮੈਨੂੰ ਪਤਾ ਹੀ ਨਹੀਂ ਸੀ ਕਿ ਬਿੰਦਰਖੀਆ ਹੈ ਕੌਣ ਅਤੇ ਜਦੋਂ ਮੈਨੂੰ ਦੱਸਿਆ ਗਿਆ ਕਿ ਇਹ ਮੁੰਡਾ ਬਿੰਦਰਖੀਆ ਹੈ ਅਤੇ ਮੈਂ ਕਿਹਾ ਮੈਂ ਉਹਦੇ ਨਾਲੋਂ ਉਮਰ ਵਿੱਚ ਵੱਡੀ ਹਾਂ ਉਹ ਨਿੱਕਾ ਜਿਹਾ ਛੋਟਾ ਜਿਹਾ ਹੈਗਾ ਅਤੇ ਮੇਰੇ ਨਾਲ ਡੂਇਟ ਗਾ ਰਿਹਾ ਪਰ ਉਸ ਉਹ ਡੂਇਟ ਸਾਡਾ ਬੜਾ ਮਕਬੂਲ ਹੋਇਆ ਔਰ ਮੈਨੂੰ ਬੜਾ ਬੜੀ ਖੁਸ਼ੀ ਹੈ ਕਿ ਮੈਂ ਉਹਦੇ ਨਾਲ ਇਸ ਐਲਬਮ ਦੇ ਵਿੱਚ ਸ਼ਾਮਿਲ ਹੋਈ ਸਾਂ ਪਿੰਡ ਬਿੰਦਰਖ ਤੋਂ ਉੱਠ ਕੇ ਭਲਵਾਨੀ ਕਰਦਾ ਉਹ ਨੌਜਵਾਨ ਗਾਇਕ ਜਿਹਨੇ ਪੰਜਾਬੀ ਮਿਊਜ਼ਿਕ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਕਿਹੜੀ ਉਹ ਥਾਂ ਨਹੀਂ ਕਿਹੜਾ ਉਹ ਮੁਲਕ ਨਹੀਂ ਜਿੱਥੇ ਸੁਰਜੀਤ ਬਿੰਦਰਖੀਏ ਦੀ ਆਵਾਜ਼ ਨਹੀਂ ਪਹੁੰਚੀ ਔਰ ਇੱਕ ਸ਼ੌਹਰਤਾਂ ਦੌਲਤਾਂ ਪਰਮਾਤਮਾ ਨੇ ਬਹੁਤ ਦਿੱਤੀਆਂ ਪਰ ਪਤਾ ਨਹੀਂ ਕਿਉਂ 17 ਨਵੰਬਰ 2003 ਨੂੰ ਜਦੋਂ ETC ਚੈਨਲ ਤੋਂ ਮੈਨੂੰ ਸਵੇਰ ਨੂੰ ਫੋਨ ਆਇਆ ਕਿ ਇਹ ਗੱਲ ਸੱਚੀ ਆ ਵੀ ਸੁਰਜੀਤ ਬਿੰਦਰਖੀਆ ਦੁਨੀਆਂ 'ਚ ਨਹੀਂ ਰਿਹਾ ਮੈਂ ਬੜਾ ਹੈਰਾਨ ਹੋਇਆ ਮੈਂ ਪੱਗ ਬੰਨ ਰਿਹਾ ਸੀ ਔਰ ਸਾਡਾ ਸ਼ੋਅ ਸੀ ਗੁਰਾਇਆਂ ਵਿਖੇ ਮੇਰਾ ਲੜ ਪੱਗ ਦਾ ਉੱਥੇ ਰਹਿ ਗਿਆ ਇਹ ਸੱਚੀ ਗੱਲ ਔਰ ਮੈਂ ਇਮੀਜੀਏਟ ਫੇਜ਼ 7 ਕਿਉਂਕਿ ਮੈਂ ਵੀ ਮੋਹਾਲੀ ਰਹਿੰਦਾ ਸੀ ਫੇਜ਼ 7 ਮੈਂ ਪਹੁੰਚਿਆ ਜਾ ਕੇ ਦੇਖਿਆ ਡੈੱਡ ਬੋਡੀ ਲੈ ਚੁੱਕੇ ਸੀਗੇ ਲਿਜਾ ਚੁੱਕੇ ਸੀ ਪਿੰਡ ਨੂੰ ਔਰ ਇੱਦਾਂ ਲੱਗਿਆ ਵੀ ਪਰਮਾਤਮਾ ਤੂੰ ਇਹ ਕਿਉਂ ਕੀਤਾ ਕਿਉਂ ਸਾਡੇ ਨਾਲ ਇੱਕ ਧੋਖਾ ਕੀਤਾ ਔਰ ਪੰਜਾਬੀਆਂ ਦਾ ਇਕੱਲੇ ਇਕੱਲੇ ਦਾ ਵਿਦੇਸ਼ਾਂ ਦੇ ਵਿੱਚੋਂ ਪ੍ਰਦੇਸ਼ਾਂ ਦੇ ਵਿੱਚੋਂ ਫੋਨ ਆਏ ਵੀ ਸੱਚੀ ਗੱਲ ਹੈ ਕੋਈ ਯਕੀਨ ਨਹੀਂ ਸੀ ਕਰ ਰਿਹਾ ਸੋ ਉਹ ਦਿਨ ਭੁੱਲਦਾ ਨਹੀਂ ਹੈਗਾ ਆਪਣੇ ਆਪ ਨੂੰ ਅਜੇ ਵੀ ਜਦੋਂ ਕਿਉਂਕਿ ਉਸ ਫਨਕਾਰ ਦੀ ਰੂਹ ਅਜੇ ਵੀ ਸਾਡੇ ਨਾਲ ਹੈ ਪੰਜਾਬੀਆਂ ਦੇ ਨਾਲ ਹੈ ਕਿਉਂਕਿ ਜਦੋਂ ਦਾ ਉਹ ਚਲੇ ਗਿਆ ਸਭ ਕੁਝ ਫਿੱਕਾ ਫਿੱਕਾ ਲੱਗ ਰਿਹਾ ਮਿਊਜ਼ਿਕ ਇਸ ਤਰ੍ਹਾਂ ਲੱਗ ਰਿਹਾ ਵੀ ਅੱਜ ਵੀ ਆ ਜਾਣਾ ਸੁਰਜੀਤ ਬਿੰਦਰਖੀਏ ਨੇ ਕਿਤੋਂ ਪਰ ਬੜਾ ਦੁੱਖ ਲੱਗਾ ਇਹ ਅਭਾਗੀ ਘੜੀ ਦੇ ਵਿੱਚ ਉਸ ਮਾਂ ਦੇ ਕੋਲੋਂ ਜਿਹੜਾ ਇਹ ਪੁੱਤ ਚਲਾ ਗਿਆ ਕਿੰਨਾ ਘਾਟਾ ਪਿਆ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਘਾਟਾ ਪਿਆ ਬੱਚੇ ਜਿਨ੍ਹਾਂ ਦੇ ਕੋਲੋਂ ਉਹ ਬਾਪ ਚਲਾ ਗਿਆ ਸੋ ਪਰਮਾਤਮਾ ਨੂੰ ਅਸੀਂ ਤਾਂ ਹਮੇਸ਼ਾ ਇਹ ਕਹਿੰਦੇ ਵੀ ਰੱਬਾ ਥੋੜ੍ਹਾ ਦੇ ਦੇ ਕੋਈ ਇੱਦਾਂ ਦਾ ਇਨਸਾਨ ਸਾਡੇ ਕੋਲੋਂ ਨਾ ਕੋਈ